ओम शांति मेरा नाम शिल्पा है ਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਆ ਮੇਰੀ ਲੋਕੀ ਕੁਮਰ 23 ਸਾਲ ਹੈ ਤੇ ਗਿਆਨ ਚ ਆਏ ਹਜੇ ਮੈਨੂੰ ਥੋੜਾ ਚਿਰ ਹੋਇਆ ਕੁਝ ਤਕਰੀਬਨ ਡੇਢ ਕ ਸਾਲ ਮੈਂ 2019 ਵਿੱਚ ਗਿਆਨ ਚ ਆਈ ਸੀ ਤੇ ਉਸ ਟਾਈਮ ਮੇਰੇ ਗਿਆਨ ਚ ਆਣਾ ਬਿਲਕੁਲ ਹੀ ਜਿਵੇਂ ਰੈਂਡਮ ਸੀ ਮਤਲਬ ਕੋਈ ਪਲਾਨ ਨਹੀਂ ਸੀ ਕਿ ਗਿਆਨ ਚ ਚਲ ਲੀਆਂ ਲੇਕਿਨ ਬਸ ਰੈਂਡਮਲੀ ਬਾਬਾ ਨੇ ਇਸ ਬੱਬ ਜਿਹਾ ਬਣਾਤਾ ਤੇ ਚਲੀ ਗਈ ਉਸ ਉਸ ਟਾਈਮ ਹੋਇਆ ਕਿ ਸੀ ਕਿ ਮੈਂ ਮੇਰੇ ਆਪਣੇ ਪੇਰੈਂਟਸ ਜਿਹੜੇ ਹੈਗੇ ਆ ਮੇਰੀ ਮੰਮਾ ਤੇ ਮੇਰੀ ਸਿਸਟਰ ਜਿਹੜੇ ਹੈਗੇ ਆ ਉਹ ਮੇਰੇ ਤੋਂ ਪਹਿਲਾਂ ਗਿਆਨ ਚ ਸੀਗੇ ਤੇ ਮੈਂ ਉਸ ਟਾਈਮ ਚ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਪੜ੍ਹਦੀ ਸੀਗੀ ਚੰਡੀਗੜ੍ਹ ਚ ਤੇ ਜਦੋਂ ਵੀ ਮੈਂ ਘਰ ਆਂਦੀ ਸੀ ਆਪਣੇ ਹੋਸਟਲ ਤੋਂ ਤੇ ਮੈਂ ਦਿਖਦੀ ਸੀ ਕਿ ਇਹ ਆਪਸ ਚ ਕੁਝ ਗੱਲਾਂ ਕਰਦੇ ਐ ਜਿਹੜੇ ਗੱਲਾਂ ਨੂੰ ਮੈਨੂੰ ਸਮਝ ਹੀ ਨਹੀਂ ਆਉਂਦੀਆਂ ਥੋੜੀਆਂ ਤੇ ਮੈਂ ਬਹੁਤ ਨਾ ਔਕਵਰਡ ਜਿਹਾ ਫੀਲ ਕਰਦੀ ਸੀ ਕਿ ਪਤਾ ਨਹੀਂ ਕੀ ਗੱਲ ਕਰ ਰਿਹਾ ਹੈ ਤੇ ਮੈਨੂੰ ਸਮਝ ਕਿਉਂ ਨਹੀਂ ਆ ਰਹੀਆਂ ਮੈਂ ਮੈਨੂੰ ਕਿਤੇ ਆਊਟ ਆਫ ਕਮਿਊਨਿਟੀ ਨਾ ਕਰ ਦੇਣ ਤੇ ਉਸ ਟਾਈਮ ਤੇ ਮੈਂ ਸੋਚਿਆ ਕਿ ਮੈਂ ਵੀ ਜਾ ਕੇ ਦੇਖਾਂ ਤੇ ਸਹੀ ਇੱਕ ਵਾਰੀ ਜਸਟ ਦੇਖਣ ਵਾਸਤੇ ਕਿ ਹੈ ਕੀ ਸ਼ਾਇਦ ਮੈਨੂੰ ਇਹਨਾਂ ਦੀ ਟਰਮਨੋਲੋਜੀ ਸਮਝ ਲੱਗ ਜੇ ਥੋੜੀ ਜੀ ਤੇ ਉਸ ਦੌਰਾਨ ਮੈਂ ਮੇਰੇ ਪਠਾਨਕੋਟ ਚ ਜਿਹੜਾ ਲੋਕਿਕ ਘਰ ਹੈਗਾ ਉਹਨਾਂ ਦੇ ਲੱਗੇ ਇੱਕ ਗੀਤਾ ਪਾਠਸ਼ਾਲਾ ਉੱਥੇ ਗਈ ਤੇ ਉੱਥੇ ਜਾ ਕੇ ਮੈਂ ਫਰਸਟ ਟਾਈਮ ਜਿਹੜਾ ਹੈ 7 ਦਿਨ ਦਾ ਕੋਰਸ ਕੀਤਾ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਜਿਹੜੀ ਹੈਗੀ ਆ ਉਹ ਸ਼ਿਲਪਾ ਨਹੀਂ ਹੈਗੀ ਸ਼ਿਲਪਾ ਸਿਰਫ ਮੇਰਾ ਨਾਮ ਹੈਗਾ ਮੈਂ ਜਿਹੜੀ ਹੈਗੀ ਹਾਂ ਆਤਮਾ ਹਾਂ ਤੇ ਆਤਮਾ ਸਿਰਫ ਸ਼ਿਲਪਾ ਦਾ 파ਠ ਪਾੜੀਏ ਇਸ ਟਾਈਮ ਤੇ ਅਦਰਵਾਈਜ਼ ਇਹ ਆਤਮਾ ਬਹੁਤ ਪੁਰਾਣੀ ਹੈਗੀ ਹੈ ਕਿੰਨੀ ਪੁਰਾਣੀ ਹੈ ਮੈਨੂੰ ਵੀ ਨਹੀਂ ਪਤਾ ਤੇ ਉਸ ਟਾਈਮ ਤੇ ਮੈਂ ਗਿਆਨ ਤੇ ਲਿਆ ਲੇਕਿਨ ਯੂਨੀਵਰਸਿਟੀ ਲਾਈਫ ਸੀਗੀ ਵਾਪਸ ਹੌਸਟਲ ਚਲੀ ਗਈ ਚੰਡੀਗੜ੍ਹ ਦੀ ਖੁਲ ਖੇਡ ਉੱਥੋਂ ਦੇ ਇੰਟਰੈਕਸ਼ਨਸ ਫਰੈਂਡ ਸਰਕਲ ਸਾਰਾ ਕੁਝ ਮਤਲਬ ਇੰਨੀ ਗਿਆਨ ਦੀ ਧਾਰਨਾ ਜੀ ਨਹੀਂ ਹੋਈ ਕਿਉਂਕਿ ਸਾਰਾ ਕੁਝ ਮਿਕਸ ਅਪ ਜਾ ਹੋ ਗਿਆ ਸੁਣ ਲਿਆ ਦਿਮਾਗ ਨੇ ਸੁਣ ਲਿਆ ਦਿਲ ਤੱਕ ਨਹੀਂ ਪਹੁੰਚੀ ਗੱਲ ਫਿਰ ਕਰੋਨਾ ਕਾਲ ਆ ਗਿਆ ਉੱਥੇ ਲਾਕਡਾਊਨ ਲੱਗ ਗਿਆ ਅਸੀਂ ਆਪਣੇ ਫਾਈਨਲ ਸੈਮੈਸਟਰ ਜਿਹੜਾ ਸੀਗਾ ਉਸ ਤੇ ਘਰ ਆ ਗਏ ਸਾਡੇ ਜਿਹੜੇ ਫਾਈਨਲ ਪੇਪਰਸ ਸੀਗੇ ਉਹ ਘਰੇ ਹੋਏ ਤੇ ਕਰੋਨਾ ਵੈਸੇ ਤੇ ਸਾਰੇ ਦੁਨੀਆ ਵਾਸਤੇ ਬਹੁਤ ਹੀ ਬੁਰਾ ਸਾਬਿਤ ਹੋਇਆ ਲੇਕਿਨ ਮੈਂ ਕਹਾਂਗੀ ਕਿ ਮੇਰੇ ਵਾਸਤੇ ਕਰੋਨਾ ਜਿਹੜਾ ਹੈਗਾ ਉਹ ਵਰਦਾਨੀ ਸੀ ਕਿਉਂਕਿ ਉਸ ਟਾਈਮ 'ਤੇ ਜਦੋਂ ਮੈਂ ਘਰ ਆਈ ਤੇ ਮੈਂ ਘਰ ਆ ਕੇ ਕਿਉਂਕਿ ਐਟਮੋਸਫੇਅਰ ਫਿਰ ਤੋਂ ਬਦਲ ਗਿਆ ਗਿਆਨ ਵਾਲਾ ਫਿਰ ਮੇਰੀ ਸਿਸਟਰ ਜਿਹੜੇ ਹੈਗੇ ਆ ਜਿਹੜੇ ਮੇਰੇ ਮਦਰ ਹੈਗੇ ਆ ਉਹ ਗਿਆਨ 'ਚ ਸੀਗੇ ਅਸੀਂ ਫਿਰ ਗਿਆਨ ਦੀਆਂ ਗੱਲਾਂ ਕਰਨੀਆਂ ਤੇ ਕਿਉਂਕਿ ਕਰੋਨਾ ਥੋੜਾ ਲੰਮਾ ਚੱਲਿਆ ਸੀ ਮੁਰਲੀ ਸੁੰਨੀ ਮੈਂ ਚਾਲੂ ਕਰਤੀ ਫਿਰ ਮੁਰਲੀ ਸੁਨਣ ਤੋਂ ਬਾਅਦ ਮੇਰਾ ਲਗਾਵ ਗਿਆ ਬਨਨ ਲੱਗ ਪਿਆ ਗਿਆਨ ਨਾਲ ਫਿਰ ਮੈਂ ਉਸ ਤੋਂ ਬਾਅਦ ਸਮਝੀ ਕਿ ਆਤਮਾ ਦਾ ਗਿਆਨ ਜਿਹੜਾ ਪਰਮਾਤਮਾ ਦਾ ਗਿਆਨ ਉਹ ਮੈਂ ਪਹਿਲੇ ਲੈ ਲਿਆ ਹੈ ਉਹ ਅਸਲ ਵਿੱਚ ਹੈ ਕੀ ਹੈ ਤੋਂ ਉਸ ਤੋਂ ਬਾਅਦ ਜਿਹੜਾ ਮੈਂ ਦੇਖਿਆ ਕਿ ਅਸਲ ਵਿੱਚ ਮੈਂ ਸੋਚਦੀ ਸੀ ਕਿ ਜਿਵੇਂ ਆਰਟ ਆਫ ਲਿਵਿੰਗ ਦਾ ਕੋਰਸ ਹੈਗਾ ਜਾਂ ਕੋਈ ਵੀ ਸਪਿਰਚੁਅਲ ਆਰਗੇਨਾਈਜੇਸ਼ਨ ਹੈ ਉਹ ਹਨ ਨੂੰ ਸਿਖਾਉਂਦੀ ਹੈ ਕਿ ਅਸੀਂ ਜ਼ਿੰਦਗੀ ਵਧੀਆ ਤਰੀਕੇ ਨਾਲ ਕਿਵੇਂ ਜੀਵੀਏ ਤੋ ਉਸ ਨਾਲ ਮੈਨੂੰ ਇਸ ਸੰਸਥਾ ਦਾ ਕੋਈ ਖਾਸ ਫਰਕ ਨਹੀਂ ਲੱਗਦਾ ਸੀ ਸ਼ੁਰੂ-ਸ਼ੁਰੂ 'ਚ ਕੀ ਉਹ ਵੀ ਸਪਿਰਚੁਅਲ ਆਰਗੇਨਾਈਜੇਸ਼ਨਸ ਹੈਗੀਆਂ ਐ ਵੀ ਸਪਿਰਚੁਅਲ ਆਰਗੇਨਾਈਜੇਸ਼ਨ ਹੈਗੀ ਐ ਤੇ ਜਿੱਥੇ ਮਰਜ਼ੀ ਜਾ ਕੇ ਸਿੱਖ ਲੋ ਗਿਆਨ ਜਿਹੜਾ ਨਵਾਂ-ਨਵਾਂ ਬੰਦਾ ਆਂਦਾ ਉਹਨੂੰ ਐ ਪੜ੍ਹੇਖਾ ਜ਼ਰੂਰ ਪੈਂਦਾ ਐ ਸਪੈਸ਼ਲੀ ਜਿਹੜੇ ਲੌਜੀਕਲ ਮਾਈਂਡਡ ਪੀਪਲ ਹੁੰਦੇ ਐ ਕਿਉਂਕਿ ਸਟੂਡੈਂਟ ਜਿਹੜਾ ਹੁੰਦਾ ਐ ਯੂਥ ਜਿਹੜਾ ਹੁੰਦਾ ਐ ਉਹ ਸੋਚਦਾ ਐ ਕਿ ਇਹ ਜੋ ਅਧਿਆਤਮਿਕ ਚੀਜ਼ਾਂ ਹੈਗੀਆਂ ਜਾਂ ਫਿਰ ਇਹ ਜਿਹੜੀਆਂ ਧਾਰਮਿਕ ਚੀਜ਼ਾਂ ਹੈਗੀਆਂ ਇਨਾਂ ਵਿੱਚ ਕੁਝ ਖਾਸ ਹੈ ਨਹੀਂ ਜੋ ਕੁਝ ਹੈ ਉਹ ਸਾਇੰਸ ਵਿੱਚ ਹੈ ਤੇ ਉਸ ਤੋਂ ਬਾਅਦ ਆ ਕਿ ਮੈਂ ਸਮਝਿਆ ਕਿ ਕਈ ਕਈ ਰਹੱਸੇ ਐਸੇ ਹੈਗੇ ਐ ਸਾਇੰਸ 'ਚ ਵੀ ਜਿਨ੍ਹਾਂ ਦੇ ਅੱਜ ਤੱਕ ਜਵਾਬ ਨਹੀਂ ਮਿਲੇ ਜਦੋਂ ਉਹਨਾਂ ਚੀਜ਼ਾਂ ਦੇ ਮੈਨੂੰ ਜਵਾਬ ਮਿਲੇ ਤਾਂ ਮੈਨੂੰ ਪਤਾ ਚੱਲਿਆ ਕਿ ਸਾਇੰਸ ਤੋਂ ਵੱਡੀ ਵੀ ਇੱਕ ਪਾਵਰ ਹੈ ਉਸ ਟਾਈਮ ਮੈਂ ਸોર્ટ ਆਫ ਤੁਸੀਂ ਕਹਿ ਲਓ ਕਿ ਮੈਂ ਰੱਬ ਨੂੰ ਮੰਦੀ ਸੀ ਲੇਕਿਨ ਜਾਣ ਪਛਾਨ ਨਹੀਂ ਸੀ ਲੇਕਿਨ ਜਾਣ ਪਛਾਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਇਹ ਸਾਇੰਸ ਜਿਹੜੀ ਹੈਗੀ ਹੈ ਉਹ ਉਪਜ ਕੀਤੀ ਹੈ ਪਾਵਰ ਆਫ ਸਾਇਲੈਂਸ ਦਾ ਪਤਾ ਚੱਲਿਆ ਉਸ ਟਾਈਮ ਤੇ ਕਿ ਕਿਸ ਤਰੀਕੇ ਨਾਲ ਇਹ ਸਾਇੰਸ ਇਸ ਦੁਨੀਆ ਤੇ ਆਈ ਜਿਸ ਜਿੰਨੇ ਵੀ ਵਿਗਿਆਨ ਨਿਕਲ ਰਹੇ ਹੈ ਜਾਂ ਫਿਰ ਜਿੰਨੀਆਂ ਵੀ ਬਹੁਤ ਸਾਰੀਆਂ ਯੂ نو ਇਨਵੈਂਸ਼ਨਸ ਹੋ ਰਹੀਆਂ ਨੇ ਉਹਨਾਂ ਦਾ ਆਧਾਰ ਕੀ ਹੈ ਜਿਹੜੇ ਵੱਡੇ ਵੱਡੇ ਸਾਇੰਟਿਸਟ ਸੀਗੇ ਜਿਵੇਂ ਨਿਕੋਲਸ ਟੈਸਲਾ ਸੀਗੇ ਉਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਜਿਸ ਦਿਨ ਸਾਇੰਸ ਵੱਲੇ ਨੋਨ ਫਿਜ਼ੀਕਲ ਚੀਜ਼ਾਂ ਤੇ ਵੀ ਸਟੱਡੀ ਕਰਨ ਲੱਗ ਪੈਣਗੇ ਉਸ ਦਿਨ ਜਿੰਨੀਆਂ ਪਾਸਟ ਸੈਂਚੁਰੀਜ਼ ਚ ਬਹੁਤ ਸਾਰੀਆਂ ਡਿਸਕਵਰੀਜ਼ ਨਹੀਂ ਹੋਈਆਂ ਉਹਨੇ ਰਹੱਸੇ ਇੱਕ ਡੈਕੇਡ ਵਿੱਚ ਖੁੱਲ ਜਾਣਗੇ ਤੇ ਉਹ ਚੀਜ਼ ਸੁਣੀ ਸੀਗੀ ਲੇਕਿਨ ਉਹਦਾ ਮਤਲਬ ਨਹੀਂ ਸੀ ਪਤਾ ਤੋਂ ਇੱਥੇ ਅੱਗੇ ਪਤਾ ਲੱਗਿਆ ਤੇ ਮੈਂ ਆਪਣੇ ਹਾਨ ਦੇ ਯੂਥ ਨੂੰ ਜਾਂ ਆਪਣੇ ਤੋਂ ਨਿੱਕੇ ਜਾਂ ਵੱਡੇ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਇਹ ਚੀਜ਼ ਤੇ ਜ਼ਰੂਰ ਕਹਿਣਾ ਚਾਹੂੰਗੀ ਕਿ ਇਹ ਕੋਈ ਸਪਿਰਚੁਅਲ ਆਰਗੇਨਾਈਜੇਸ਼ਨ ਆਰਮਸ ਸਪਿਰਚੁਅਲ ਆਰਗੇਨਾਈਜੇਸ਼ਨ ਨਹੀਂ ਹੈਗੀ ਜਿੱਥੇ ਤੁਹਾਨੂੰ ਜ਼ਿੰਦਗੀ ਜੀਣਾ ਸਿਖਾਉਂਦੇ ਐ ਇਹ ਤੁਹਾਨੂੰ ਦੱਸਦੇ ਐ ਕਿ ਤੁਹਾਡੀ ਜ਼ਿੰਦਗੀ ਹੈ ਕੀ ਅਸਰਚ ਪਹਿਲੇ ਜਾਨੋ ਕਿ ਤੁਸੀਂ ਕੌਣ ਹੋ ਫਿਰ ਜਾਨੋ ਕਿ ਤੁਹਾਨੂੰ ਬਣਾਇਆ ਕਿਸਨੇ ਐ ਤੁਸੀਂ ਰਚਨਾ ਕੀ ਦਿਓ ਪਹਿਲੇ ਸੀ ਜਾਣਦੇ ਸੀ ਕਿ ਇੱਕ ਪਰਮਾਤਮਾ ਹੈਗਾ ਲੇਕਿਨ ਉਹ ਬੜੀ ਇੱਕ ਡਿਸਟੈਂਟ ਜੀ ਫਿਗਰ ਲੱਗਦੀ ਸੀ ਕਿ ਕੋਈ ਦੂਰ ਦੇਸ਼ 'ਚ ਰਹਿਣ ਵਾਲਾ ਹੈਗਾ ਜਿਸਦੇ ਨਾਲ ਸਾਡਾ ਕੋਈ वार्तालाप ਨਹੀਂ ਹੈਗਾ ਅਸੀਂ ਉਹਨੂੰ ਪੂਜਣਾ ਹੈ ਬਸ ਅਸੀਂ ਪੂਜਣਾ ਹੈ ਅਸੀਂ ਆਪਣੀ ਕੋਈ ਇੱਛਾਵਾਂ ਹਨ ਉਹਨੂੰ ਪੂਰਨ ਜਦੋਂ ਕਰਨ ਦੀ ਸਾਡੀ ਕੋਸ਼ਿਸ਼ ਹੋਏ ਤਾਂ ਉਹਨੂੰ ਯਾਦ ਕਰਨਾ ਹੈ ਆਦਰਵਾਇਸ ਜਿਹੜੇ ਸਾਡੇ ਫਰੈਂਡਸ ਰਿਲੇਟਿਵਸ ਹੈਗੇ ਸਾਡੀ ਦੁਨੀਆ ਉਸ ਤੱਕ ਹੀ ਸੀਮਿਤ ਸੀਗੀ ਲੇਕਿਨ ਹੁਣ ਸਾਨੂੰ ਪਤਾ ਲੱਗਣ ਮੈਨੂੰ ਪਤਾ ਲੱਗਣ ਲੱਗਾ ਹੈ ਕਿ ਕਿਸ ਤਰੀਕੇ ਨਾਲ ਪਰਮਾਤਮਾ ਨੂੰ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡੇ ਮਾਪੇਤਾ ਹੈਗੇ ਆ ਉਹ ਸੱਚੀ ਹੈਗੇ ਆ ਤਨਾਲੇ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਸਾਡੇ ਲੋਕਿਕ ਮਾਪ ਪਿਤਾ ਨਾਲੋਂ ਵੀ ਜ਼ਿਆਦਾ ਜਦੋਂ ਤਹੀ ਜਦੋਂ ਤਹੀ ਅਸੀਂ ਖੁਦ ਨੂੰ ਨਹੀਂ ਸਮਝਾਂਗੇ ਪਰਮਾਤਮਾ ਨੂੰ ਨਹੀਂ ਸਮਝਾਂਗੇ ਜਾਣਾਂਗੇ ਨਹੀਂ ਕਿ ਉਹ ਹੈ ਕੌਣ ਤਾਂ ਅਸੀਂ ਨਹੀਂ ਜਾਣ ਪਾਵਾਂਗੇ ਕਿ ਪਰਮਾਤਮਾ ਸਾਨੂੰ ਕਿਸ ਤਰੀਕੇ ਦਾ ਪਿਆਰ ਕਰਦਾ ਹੈ ਇੱਕ ਪਿਆਰ ਹੁੰਦਾ ਹੈ ਜਿਹੜਾ ਦਿਖ ਜਾਵੇ ਇੱਕ ਪਿਆਰ ਹੁੰਦਾ ਹੈ ਜਿਹੜਾ ਮਹਿਸੂਸ ਕੀਤਾ ਜਾਵੇ ਮਹਿਸੂਸ ਤਾਂ ਲਈ ਜਾਨਣਾ ਬਹੁਤ ਜ਼ਰੂਰੀ ਹੈ ਗਿਆਨ ਤੋਂ ਬਿਨਾ ਜਾਣ ਨਹੀਂ ਸਕਦੇ ਤੁਸੀਂ ਤੇ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਬਾਹਰ ਲੋਕ ਬ੍ਰਹਮ ਕੁਮਾਰੀਸ ਨੂੰ ਜਾਣਦੇ ਐ ਉਹ ਇਹ ਬਹੁਤ ساری ਚੀਜ਼ਾਂ ਜਾਣਦੇ ਐ ਬ੍ਰਹਮ ਕੁਮਾਰੀਸ ਦੇ ਬਾਰੇ ਲੇਕਿਨ ਜਦੋਂ ਤੱਕ ਸਵੈਮ ਭਗਵਾਨ ਦੀ ਉਚਾਰੀ ਮੁਰਲੀ ਨਹੀਂ ਸੁਣੋਗੇ ਤਦੋਂ ਤੱਕ ਤੁਹਾਨੂੰ ਅਹਿਸਾਸ ਨਹੀਂ ਹੋਏਗਾ ਕਿ ਉਹ ਤੁਹਾਨੂੰ ਸ਼ੁਰੂ ਤੋਂ ਕਹਿਣਾ ਕੀ ਚਾਹੁੰਦਾ ਹੈ ਤੁਸੀਂ ਕੀ ਕੀ ਗਲਤੀਆਂ ਕੀਤੀਆਂ ਜਿਸ ਜਿਸ ਦੀ ਵਜ੍ਹਾ ਨਾਲ ਤੁਸੀਂ ਇੰਨੇ ਉਲਝ ਗਏ ਹੋ ਹੈਨਾ ਅਸੀਂ ਯੂਥ ਆ ਹਨ ਨੂੰ 100 ਤਰੀਕੇ ਦੀਆਂ ਟੈਨਸ਼ਨਸ ਐ ਅੱਜ ਜਿਵੇਂ ਅਸੀਂ ਪੇਪਰ ਦੇਣਾ ਸਾਨੂੰ ਉਹਦੀ ਟੈਨਸ਼ਨ ਹੈ ਕਿਸੇ ਦਾ ਬॉयਫਰੈਂਡ ਗਰਲਫ੍ਰੈਂਡ ਹੈ ਸਾਨੂੰ ਉਹਦੀ ਵੀ ਟੈਨਸ਼ਨ ਹੈ ਕਿ ਹੁਣ ਉਹ ਗੱਲ ਨਹੀਂ ਕਰ ਰਿਹਾ ਜਾਂ ਫਿਰ ਕਿਵੇਂ ਕਰਕੇ ਤੇ ਸਾਨੂੰ 50 ਤਰੀਕੇ ਦੀ ਆਪਦੀਆਂ ਹੀ ਬਣਾਈਆਂ ਪ੍ਰੋਬਲਮਸ ਵਿੱਚ ਅਸੀਂ ਫਸੇ ਹੋਏ ਆ ਜਿੰਨੂੰ ਇਹ ਕਹਿੰਦੇ ਆ ਕਿ ਆਤਮਾ ਆਪਣੇ पिंजਰੇ ਬਣਾ ਕੇ ਤੇ ਉਹਦੇ ਵਿੱਚ ਫਸੀ ਹੋਈ ਹੈ ਉਸ ਤੋਂ ਜੇ ਤੁਸੀਂ ਨਿਕਲਣਾ ਚਾਹੁੰਦੇ ਹੋ ਬਾਹਰ ਨਿਕਲਣਾ ਚਾਹੁੰਦੇ ਹੋ ਤੇ ਮੈਂ ਜ਼ਰੂਰ ਕਹਾਂਗੀ ਕਿ ਤੁਸੀਂ ਆ ਕੇ ਗਿਆਨ ਲਵੋ ਸਿਰਫ ਬਾਹਰ ਤੋਂ ਸੁਨੋ ਨਾ ਅਟਲੀਸਟ 7 ਦਿਨ ਦਾ ਕੋਰਸ ਕਰਕੇ ਦੇਖੋ ਕਿ ਇਹ ਕਹਿਣਾ ਕੀ ਚਾਹੁੰਦੇ ਐ ਜੇ ਤੁਹਾਨੂੰ ਉਸ ਤੋਂ ਬਾਅਦ ਲੱਗੇ ਕਿ ਤੁਸੀਂ ਅੱਗੇ ਕੈਰੀ ਫਾਰਵਰਡ ਕਰਨਾ ਚਾਹੁੰਦੇ ਹੋ ਤੇ ਤੁਸੀਂ ਜੀ ਸਦਕੇ ਕਰੋ ਜੇ ਤੁਹਾਨੂੰ ਲੱਗੇ ਕਿ ਇਸ ਵਿੱਚ ਕੁਝ ਖਾਸ ਨਹੀਂ ਹੈ ਤਾਂ ਆਪਣੇ ਆਪਣੇ ਟਾਈਮ ਤੇ ਤੇ ਹਰ ਇੱਕ ਨੂੰ ਇੱਕ ਨਾ ਇੱਕ ਦਿਨ ਇੱਥੇ ਆਣਾ ਹੀ ਹੈ ਉਹ ਤੇ ਆਣਾ ਹੀ ਆਣਾ ਤੇ ਉਹ ਤੁਹਾਡੀ ਮਰਜ਼ੀ ਹੈ ਹੋਰ ਮੈਂ ਇਹ ਚੀਜ਼ ਕਹਿਣਾ ਚਾਹਾਂਗੀ ਕਿ ਜਿਵੇਂ ਜਿਵੇਂ ਮੈਂ ਅੱਗੇ ਚੱਲ ਕੇ ਆਪਣੀ ਸਟੱਡੀਆਂ ਦੇ ਨਾਲ-ਨਾਲ ਮੁਰਲੀਆਂ ਦੀ ਸਟੱਡੀ ਕਰਨ ਲੱਗ ਪਈ ਹੈ ਨਾ ਤੇ ਅਵਿਅਕ ਮੁਰਲੀਆਂ ਦੀ ਸਟੱਡੀ ਕਰਨ ਲੱਗ ਪਈ ਮੁਰਲੀ ਮਨੇ ਜੋ ਪਰਮਾਤਮਾ ਦੇ ਉਚਾਰੇ ਖੁੱਦੇ ਮਹਾਵਾਕਿਅ ਹੈਗੇ ਉਹਨਾਂ ਦੀ ਸਟੱਡੀ ਕਰਨ ਲੱਗ ਪਈ ਤਾਂ ਮੈਨੂੰ ਇੱਕ ਚੀਜ਼ ਹੋਰ ਬਹੁਤ ਗਹਿਰੀ ਪਤਾ ਚਲੀ ਕਿ ਪਹਿਲੇ ਅਸੀਂ ਸਾਰਾ ਯੂਥ ਜਿਹੜਾ ਹੈਗਾ ਨਾ ਅੱਜਕੱਲ ਲਾਅ ਆਫ ਅਟਰੈਕਸ਼ਨ ਦੇ ਵਿੱਚ ਬਹੁਤ ਪਿਆ ਹੋਇਆ ਹੈ ਕਿ ਭਾਰੇ ਕੋ ਇਹ ਇਹੋ ਜੀ ਚੀਜ਼ ਹੈ ਕਿ ਜਿਸ ਨੂੰ ਅਸੀਂ ਸਿੱਖ ਲਵਾਂਗੇ ਇੱਕ ਵਾਰੀ ਤੇ ਦੁਨੀਆ ਦੀ ਹਰ ਖੁਸ਼ ਹੈ ਸਾਡੀ ਹੈ ਤੇ ਉਹ ਅਟਰੈਕਸ਼ਨ ਜਿਹੜੀ ਹੈਗੀ ਹੈ ਨਾ ਲਾਫ ਅਟਰੈਕਸ਼ਨ ਉਸ ਦਾ ਤੁਹਾਨੂੰ ਜੋ ਕੋਰ मीनिंग ਹੈਗਾ ਨਾ ਉਹ ਇੱਥੇ ਆ ਕੇ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਸਿਰਫ ਪੋਜ਼ਿਟਿਵ ਥੌਟਸ ਜੁਹੁੰਦੇ ਆ ਉਹ ਆਪਣਾ ਕੰਮ ਨਹੀਂ ਕਰਦੇ ਜਦੋਂ ਤੱਕ ਤੁਸੀਂ ਵਿਅਰਥ ਤੇ ਨਕਾਰਾਤਮਕ ਨੂੰ ਖਤਮ ਨਹੀਂ ਕਰੋਗੇ ਤੇ ਅੰਤ ਵਿੱਚ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਅਸੀਂ ਜਨਮ ਜਨਮ ਤੱਕ ਪਰਮਾਤਮਾ ਨੂੰ ਬੁਲਾਇਆ ਹੈ ਕਿ ਤੁਸੀਂ ਆਓ ਆਓ ਸਾਡੇ ਦੁੱਖ ਹਰ ਲਓ ਸਾਨੂੰ ਪਾਵਨ ਬਣਾ ਦਿਓ ਸਾਨੂੰ ਲੈ ਜਾਓ ਤੇ ਹੁਣ ਉਹ ਆਇਆ ਹੈ ਲੇਕਿਨ ਉਹ ਇੰਨੇ ਸਾਧਾਰਨ ਤਨ ਵਿੱਚ ਪ੍ਰਵੇਸ਼ ਕੀਤਾ ਹੈ ਕਿ ਉਸ ਨੂੰ ਸਿਰਫ ਉਹੀ ਪਛਾਣ ਪਾਣਗੇ ਜਿਹੜੇ ਉਸ ਨੂੰ ਸੱਚੀ ਯਾਦ ਕਰਦੇ ਸੀ ਜਨਮ ਜਨਮ ਤੋਂ ਪੁਕਾਰਦੇ ਸੀ ਤੇ ਯੂਥ ਨੂੰ ਮੇਰਾ ਇਹੀ ਸੰਦੇਸ਼ ਹੈਗਾ ਕਿ ਤੁਸੀਂ ਆਓ ਤੇ ਦੇਖੋ ਓਮ ਸ਼ਾਂਤੀ